ਸ਼ਹਿਦ ਦੇ ਨਾਲ ਕੀ ਖਾਣ ਨਾਲ ਜ਼ਹਿਰ ਬਣ ਜਾਂਦਾ ਹੈ? ਘਿਓ, ਕੇਲਾ ਜਾਂ ਚਾਕਲੇਟ? ਸਹੀ ਜਵਾਬ ਘਿਓ। ਮੱਛਰ ਕਿਸ ਦਰਖਤ ਦੇ ਪੱਤਿਆਂ ਤੋਂ ਭੱਜਦੇ ਹਨ? ਤੁਲਸੀ, ਨਿੰਮ ਜਾਂ ਅੰਬ? ਸਹੀ ਜਵਾਬ ਨਿੰਮ। ਕਿਹੜੇ ਫਲ ਵਿੱਚ ਸਭ ਤੋਂ ਵੱਧ ਤਾਕਤ ਹੁੰਦੀ ਹੈ? ਪਪੀਤਾ, ਸੇਬ ਜਾਂ ਕੇਲਾ? ਸਹੀ ਜਵਾਬ ਪਪੀਤਾ। ਭਾਰਤ ਦੇ ਕਿਸ ਰਾਜ ਦੇ ਲੋਕ ਸੱਪ ਦੇ ਤੇਲ ਵਿੱਚ ਸਬਜ਼ੀ ਬਣਾਉਂਦੇ ਹਨ? ਕੇਰਲ, ਸਿੱਕਮ ਜਾਂ ਨਾਗਾਲੈਂਡ? ਸਹੀ ਜਵਾਬ ਨਾਗਾਲੈਂਡ। ਕੁੱਤਾ ਕੀ ਖਾਣਾ ਪਸੰਦ ਕਰਦਾ ਹੈ? ਰੋਟੀ, ਸਬਜ਼ੀ ਜਾਂ ਮਾਸ? ਸਹੀ ਜਵਾਬ ਮਾਸ। ਆਗਰਾ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ? ਅਕਬਰ, ਬਾਬਰ ਜਾਂ ਸਿਕੰਦਰ ਲੋਧੀ? ਸਹੀ ਜਵਾਬ ਸਿਕੰਦਰ ਲੋਧੀ। ਅਧਿਆਪਕ ਦਿਵਸ ਜਾਂ ਟੀਚਰਸ ਡੇ ਕਿਸ ਦਿਨ ਮਨਾਇਆ ਜਾਂਦਾ ਹੈ? 5 ਸਤੰਬਰ, 8 ਸਤੰਬਰ ਜਾਂ 26 ਜਨਵਰੀ? ਸਹੀ ਜਵਾਬ 5 ਸਤੰਬਰ। ਉਹ ਕਿਹੜਾ ਜਾਨਵਰ ਹੈ ਜਿਹੜਾ ਬੋਲਦਾ ਨਹੀਂ ਹੈ? ਚੀਤਾ, ਹਾਥੀ ਜਾਂ ਹਿਰਨ? ਸਹੀ ਜਵਾਬ ਹਿਰਨ। ਅਯੋਧਿਆ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਸਰਯੂ ਨਦੀ, ਗੰਗਾ ਨਦੀ ਜਾਂ ਕਾਵੇਰੀ ਨਦੀ? ਸਹੀ ਜਵਾਬ ਸਰਯੂ ਨਦੀ। ਕਿਹੜੇ ਗ੍ਰਹਿ ਦੇ ਚੰਨ ਵਰਗੇ ਪੜਾਅ ਹਨ? ਸ਼ਨੀ, ਮੰਗਲ ਜਾਂ ਬੁੱਧ? ਸਹੀ ਜਵਾਬ ਬੁੱਧ ਗ੍ਰਹਿ। ਭਾਰਤ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਕਿਹੜੀ ਹੈ? ਵੂਲਰ ਝੀਲ, ਡੱਲ ਝੀਲ ਜਾਂ ਪੁਸ਼ਕਰ ਝੀਲ? ਸਹੀ ਜਵਾਬ ਵੂਲਰ ਝੀਲ।
ਭਾਰਤ ਦੀ ਸਭ ਤੋਂ ਉੱਚੀ ਮੂਰਤੀ ਕਿਹੜੀ ਹੈ? ਕੁਤਬ ਮੀਨਾਰ, ਤਾਜ ਮਹਿਲ ਜਾਂ ਸਟੈਚੂ ਆਫ ਯੂਨਿਟੀ? ਸਹੀ ਜਵਾਬ ਸਟੈਚੂ ਆਫ ਯੂਨਿਟੀ। ਕਿਹੜਾ ਪੰਛੀ ਦੂਜੇ ਦੇ ਆਲਣੇ ਵਿੱਚ ਆਪਣਾ ਆਂਡਾ ਦਿੰਦਾ ਹੈ? ਮੋਰ, ਕਬੂਤਰ ਜਾਂ ਕੋਇਲ? ਸਹੀ ਜਵਾਬ ਕੋਇਲ। ਖਾਣ ਤੋਂ ਤੁਰੰਤ ਬਾਅਦ ਕੀ ਖਾਣ ਨਾਲ ਕੋਈ ਵਿਅਕਤੀ ਮਰ ਸਕਦਾ ਹੈ? ਚਾਹ, ਕੌਫੀ ਜਾਂ ਦਹੀਂ? ਸਹੀ ਜਵਾਬ ਕੌਫੀ। ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਕਿਹੜਾ ਹੈ? ਸਮੁੰਦਰੀ ਸੱਪ, ਕਿੰਗ ਕੋਬਰਾ ਜਾਂ ਅਜਗਰ? ਸਹੀ ਜਵਾਬ ਸਮੁੰਦਰੀ ਸੱਪ। ਮਿਸ ਵਰਲਡ ਬਣਨ ਤੋਂ ਬਾਅਦ ਕਿੰਨੇ ਪੈਸੇ ਮਿਲਦੇ ਹਨ? 5 ਕਰੋੜ, 10 ਕਰੋੜ ਜਾਂ 15 ਕਰੋੜ? ਸਹੀ ਜਵਾਬ 10 ਕਰੋੜ। ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦਾ ਸਮਝੌਤਾ ਕਿਸ ਨਦੀ 'ਤੇ ਹੋਇਆ ਸੀ? ਸਿੰਧ ਨਦੀ, ਰਾਪਤੀ ਨਦੀ, ਲੋਹਿਤ ਨਦੀ? ਸਹੀ ਜਵਾਬ ਸਿੰਧ ਨਦੀ। ਗਾਂਧੀ ਜੀ ਦੀ ਪਤਨੀ ਦਾ ਨਾਂ ਕੀ ਸੀ? ਗਾਇਤਰੀ ਗਾਂਧੀ, ਕਸਤੂਰਬਾ ਗਾਂਧੀ ਜਾਂ ਇੰਦਰਾ ਗਾਂਧੀ? ਸਹੀ ਜਵਾਬ ਕਸਤੂਰਬਾ ਗਾਂਧੀ। ਕਿਹੜੇ ਦੇਸ਼ ਦੇ ਲੋਕ ਸੱਪ ਦਾ ਜ਼ਹਿਰ ਪੀਂਦੇ ਹਨ? ਜਾਪਾਨ, ਸ਼੍ਰੀਲੰਕਾ ਜਾਂ ਇੰਡੋਨੇਸ਼ੀਆ? ਸਹੀ ਜਵਾਬ ਇੰਡੋਨੇਸ਼ੀਆ। ਕਿਸ ਭਾਂਡੇ ਦਾ ਪਾਣੀ ਪੀਣ ਨਾਲ ਵਿਅਕਤੀ ਨੂੰ ਘੱਟ ਗੁੱਸਾ ਆਉਂਦਾ ਹੈ? ਚਾਂਦੀ ਦੇ, ਸੋਨੇ ਦੇ ਜਾਂ ਪਿੱਤਲ ਦੇ? ਸਹੀ ਜਵਾਬ ਚਾਂਦੀ ਦੇ। ਭਾਰਤ ਦਾ ਰਾਸ਼ਟਰੀ ਜਾਨਵਰ ਕੀ ਹੈ? ਬਾਘ, ਹਾਥੀ ਜਾਂ ਹਿਰਨ? ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਵਿੱਚ ਦਿਓ। ਵੀਡੀਓ ਵਧੀਆ ਲੱਗੇ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ। ਹੋਰ ਵੀਡੀਓਜ਼ ਦੇਖਣ ਲਈ ਹੇਠਾਂ ਤਿੰਨਾਂ ਵੀਡੀਓਜ਼ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ।